ਨਾਮੀ ਕੰਪਨੀ ਦੀ ਬੋਰੀ ਦੇ ਵਿੱਚ ਨਕਲੀ ਸੀਮੈਂਟ ਭਰਿਆ ਹੋਇਆ। ਇਸ ਟਰੱਕ ਦੇ ਵਿੱਚ ਲੱਦੀ ਹਰ ਬੋਰੀ 'ਚ ਨਕਲੀ ਸੀਮੈਂਟ ਭਰਿਆ ਤਾਂ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਨਕਲੀ ਸੀਮੈਂਟ ਦੇ ਭਰੇ ਟਰੱਕ ਨੂੰ ਕਾਬੂ ਕੀਤਾ ਅਤੇ ਦਦੇੜ ਸਾਹਿਬ ਨਿਵਾਸੀ ਹਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਨਕਲੀ ਸੀਮੈਂਟ ਵੇਚਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਇਹ ਸ਼ਖਸ ਇਸ ਕੰਮ ਦੇ ਵਿੱਚ ਇਕੱਲਾ ਨਹੀਂ ਹੈ ਬਲਕਿ ਇਸਦਾ ਪੂਰਾ ਗਿਰੋਹ ਕਾਰੋਬਾਰ ਦੇ ਵਿੱਚ ਸ਼ਾਮਿਲ ਹੈ ਜਿਸ ਦੇ ਵਿੱਚ ਜਤਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਵੀ ਸ਼ਾਮਲ ਨੇ। ਜਤਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਕਿਰਾਏ ਤੇ ਗੋਦਾਮ ਲਿਆ ਹੋਇਆ ਸੀ ਅਤੇ ਉਸੇ ਗੋਦਾਮ ਦੇ ਵਿੱਚ ਨਕਲੀ ਸੀਮੈਂਟ ਦੀ ਫੈਕਟਰੀ ਚਲਾ ਰਿਹਾ ਸੀ। ਉਸਦਾ ਟਰੱਕ ਨਕਲੀ ਸੀਮੈਂਟ ਲੈ ਕੇ ਸ਼ਹਿਰ ਦੇ ਵੱਲ ਜਾ ਰਿਹਾ ਸੀ ਤਾਂ ਪੁਲਿਸ ਨੇ ਇਸ ਨੂੰ ਦਬੋਚ ਲਿਆ। ਜਿਹਦਾ ਮੂੰਹ ਚਿੱਟਾ ਆਇਆ ਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਤੇ ਇਹ ਨੰਬਰ ਤੇ ਜਾਲੀ ਸੀਮੈਂਟ ਆ ਰਿਹਾ ਹੈ TP06BB1397 ਇਹਨੂੰ ਹਰਪਾਲ ਸਿੰਘ ਟਰੈਵਲ ਚਲਾ ਰਿਹਾ ਹੈ। ਇਹਨੂੰ ਹੁਣੇ ਚੱਕ ਕੇ ਜਿੱਥੇ ਨਾਕਾਬੰਦੀ ਕਰੇ ਚੈਂਗਰ ਦੇ ਪੁਰਾਣੇ ਬਾਈਪਾਸ ਤੋਂ ਇਹ ਤੁਹਾਨੂੰ ਸ਼ਹਿਰ ਵੱਲ ਨੂੰ ਤਰਨ ਤਾਰਨ ਵੱਲ ਨੂੰ ਆ ਰਿਹਾ ਜਿਹੜਾ ਉਹ ਤੋਂ ਅਸੀਂ ਚੰਗੀ ਧਿਆਨ ਨਾਲ ਚੈਕ ਕੀਤੀ ਤਾਂ ਥੋੜ੍ਹੀ ਦੇਰ ਬਾਅਦ ਕੈਂਟਰ ਆ ਗਿਆ ਜਿਹਦੇ ਖਿਲਾਫ ਸਾਨੂੰ ਸੀਮੈਂਟ ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ, ਨਾਲ ਹੀ ਜ਼ਬਤ ਸੀਮੈਂਟ ਦੇ ਸੈਂਪਲ ਲੈ ਕੇ ਉਸ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ। ਨਕਲੀ ਸੀਮੈਂਟ ਦੀ ਫੈਕਟਰੀ ਚਲਾਉਣ ਵਾਲੇ ਚਾਚਾ ਭਤੀਜਾ ਨਿਸ਼ਾਨ ਸਿੰਘ ਅਤੇ ਜਤਿੰਦਰ ਸਿੰਘ ਫਰਾਰ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋ ਫੈਕਟਰੀ ਵਾਲੇ ਆ ਜੀ, ਉਹ ਦੋਵੇਂ ਚਾਚਾ ਭਤੀਜਾ ਆ, ਉਹ ਸੈਂਪਲ ਨਾਲ ਕੰਮ ਕਰਦੇ ਆ। ਇਹ ਟਰੱਕ ਡਰਾਈਵਰ ਜਿਹੜਾ ਹਰਪਾਲ ਸਿੰਘ ਹੈ ਜੀ, ਸਵਾਲ ਹੈ ਕਿ ਜੇਕਰ ਇਹ ਨਕਲੀ ਸੀਮੈਂਟ ਕੰਸਟਰਕਸ਼ਨ ਸਾਈਟ ਤੱਕ ਪਹੁੰਚ ਜਾਂਦਾ ਤਾਂ ਇਸ ਦੇ ਨਾਲ ਕਿਸੇ ਦੇ ਸੁਪਨਿਆਂ ਦਾ ਘਰ ਬਣਨਾ ਸੀ। ਉਸ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਕੀ ਬੀਤੀ, ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਦੇ ਵਿੱਚ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18 ਪੰਜਾਬ। ਇਸ ਨਾਮੀ ਕੰਪਨੀ ਦੀ ਬੋਰੀ ਦੇ ਵਿੱਚ ਨਕਲੀ ਸੀਮੈਂਟ ਭਰਿਆ ਹੋਇਆ। ਇਸ ਟਰੱਕ ਦੇ ਵਿੱਚ ਲੱਦੀ ਹਰ ਬੋਰੀ 'ਚ ਨਕਲੀ ਸੀਮੈਂਟ ਭਰਿਆ ਤਾਂ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਨਕਲੀ ਸੀਮੈਂਟ ਦੇ ਭਰੇ ਟਰੱਕ ਨੂੰ ਕਾਬੂ ਕੀਤਾ ਅਤੇ ਦਦੇੜ ਸਾਹਿਬ ਨਿਵਾਸੀ ਹਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਨਕਲੀ ਸੀਮੈਂਟ ਵੇਚਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਇਹ ਸ਼ਖਸ ਇਸ ਕੰਮ ਦੇ ਵਿੱਚ ਇਕੱਲਾ ਨਹੀਂ ਹੈ ਬਲਕਿ ਇਸਦਾ ਪੂਰਾ ਗਿਰੋਹ ਕਾਰੋਬਾਰ ਦੇ ਵਿੱਚ ਸ਼ਾਮਿਲ ਹੈ ਜਿਸ ਦੇ ਵਿੱਚ ਜਤਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਵੀ ਸ਼ਾਮਲ ਨੇ। ਜਤਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਕਿਰਾਏ ਤੇ ਗੋਦਾਮ ਲਿਆ ਹੋਇਆ ਸੀ ਅਤੇ ਉਸੇ ਗੋਦਾਮ ਦੇ ਵਿੱਚ ਨਕਲੀ ਸੀਮੈਂਟ ਦੀ ਫੈਕਟਰੀ ਚਲਾ ਰਿਹਾ ਸੀ। ਉਸਦਾ ਟਰੱਕ ਨਕਲੀ ਸੀਮੈਂਟ ਲੈ ਕੇ ਸ਼ਹਿਰ ਦੇ ਵੱਲ ਜਾ ਰਿਹਾ ਸੀ ਤਾਂ ਪੁਲਿਸ ਨੇ ਇਸ ਨੂੰ ਦਬੋਚ ਲਿਆ। ਜਿਹਦਾ ਮੂੰਹ ਚਿੱਟਾ ਆਇਆ ਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਤੇ ਇਹ ਨੰਬਰ ਤੇ ਜਾਲੀ ਸੀਮੈਂਟ ਆ ਰਿਹਾ ਹੈ TP06BB1397 ਇਹਨੂੰ ਹਰਪਾਲ ਸਿੰਘ ਟਰੈਵਲ ਚਲਾ ਰਿਹਾ ਹੈ। ਇਹਨੂੰ ਹੁਣੇ ਚੱਕ ਕੇ ਜਿੱਥੇ ਨਾਕਾਬੰਦੀ ਕਰੇ ਚੈਂਗਰ ਦੇ ਪੁਰਾਣੇ ਬਾਈਪਾਸ ਤੋਂ ਇਹ ਤੁਹਾਨੂੰ ਸ਼ਹਿਰ ਵੱਲ ਨੂੰ ਤਰਨ ਤਾਰਨ ਵੱਲ ਨੂੰ ਆ ਰਿਹਾ ਜਿਹੜਾ ਉਹ ਤੋਂ ਅਸੀਂ ਚੰਗੀ ਧਿਆਨ ਨਾਲ ਚੈਕ ਕੀਤੀ ਤਾਂ ਥੋੜ੍ਹੀ ਦੇਰ ਬਾਅਦ ਕੈਂਟਰ ਆ ਗਿਆ ਜਿਹਦੇ ਖਿਲਾਫ ਸਾਨੂੰ ਸੀਮੈਂਟ ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ, ਨਾਲ ਹੀ ਜ਼ਬਤ ਸੀਮੈਂਟ ਦੇ ਸੈਂਪਲ ਲੈ ਕੇ ਉਸ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ। ਨਕਲੀ ਸੀਮੈਂਟ ਦੀ ਫੈਕਟਰੀ ਚਲਾਉਣ ਵਾਲੇ ਚਾਚਾ ਭਤੀਜਾ ਨਿਸ਼ਾਨ ਸਿੰਘ ਅਤੇ ਜਤਿੰਦਰ ਸਿੰਘ ਫਰਾਰ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋ ਫੈਕਟਰੀ ਵਾਲੇ ਆ ਜੀ, ਉਹ ਦੋਵੇਂ ਚਾਚਾ ਭਤੀਜਾ ਆ, ਉਹ ਸੈਂਪਲ ਨਾਲ ਕੰਮ ਕਰਦੇ ਆ। ਇਹ ਟਰੱਕ ਡਰਾਈਵਰ ਜਿਹੜਾ ਹਰਪਾਲ ਸਿੰਘ ਹੈ, ਤਿੰਨ ਬੰਦੇ ਜੀ ਕਿਸ ਦੇ ਵਿੱਚ ਨਾਮਜ਼ਦ ਕੀਤੇ ਜੀ? ਤਿੰਨ ਬੰਦੇ ਜੇ ਕੀਤੇ ਜੀ, ਕੋਈ ਇਨਵੈਸਟੀਗੇਸ਼ਨ ਜਾਰੀ ਹੈ।
ਅਕੋਰਡਿੰਗ ਟੂ ਲਾਅ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜਾ ਵੀ ਚਾਹੂਗਾ ਉਹਨੂੰ ਛੱਡਿਆ ਨਹੀਂ ਜਾਊਗਾ, ਅਕੋਰਡਿੰਗ ਟੂ ਲਾਅ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸਵਾਲ ਹੈ ਕਿ ਜੇਕਰ ਇਹ ਨਕਲੀ ਸੀਮੈਂਟ ਕੰਸਟਰਕਸ਼ਨ ਸਾਈਟ ਤੱਕ ਪਹੁੰਚ ਜਾਂਦਾ ਤਾਂ ਇਸ ਦੇ ਨਾਲ ਕਿਸੇ ਦੇ ਸੁਪਨਿਆਂ ਦਾ ਘਰ ਬਣਨਾ ਸੀ। ਉਸ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਕੀ ਬੀਤੀ, ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਦੇ ਵਿੱਚ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18, ਪੰਜਾਬ।